ਸੀਮਤ ਸ਼ਬਦਾਂ ਦੇ ਵਿੱਚ ਆਪਾਂ ਰਹਿਣਾ ਸਾਰਿਆਂ ਨੇ ਬੁਲਾਰਿਆਂ ਨੇ ਵੀ ਢਾਡੀਆਂ ਨੇ ਵੀ ਤਾਂ ਜੋ ਆਪਾਂ ਸਮੇਂ ਸਿਰ ਪ੍ਰੋਗਰਾਮ ਦੀ ਸਮਾਪਤੀ ਵੀ ਕਰਨੀ ਹੈ ਤੇ ਜਿਹੜੇ ਦਰਪੇਸ਼ ਕੌਮੀ ਮਸਲੇ ਨੇ
ਮਨ ਵਿੱਚ ਸੋਚ ਬਣਾਈ ਫਤਿਹ ਸਰਹੰਦ ਦਾ ਕਰਮੀ ਮਨ ਵਿੱਚ ਸੋਚ ਬਣਾਈ ਗੰਨੀ ਗਣੇ ਤੋਂ ਭਗਤ ਜਨ ਕੇ ਦਾਤਾ ਕੇ ਸੂਰ ਨਹੀਂ ਤਾਂ ਗੰਨੀ ਬਾਬਰੇ ਕਹਿ ਗਵਾਵੇ ਨੂਰ ਜਿਸ ਮਹਾਨ ਯੋਧੇ ਨੂੰ ਉਸ ਉਰਸ਼ ਦੀ ਧਰਤੀ ਤੇ ਕਸ਼ਮੀਰ ਦੀ ਧਰਤੀ ਤੇ ਮਾਂ ਨੇ ਲੋਹੜੀਆਂ ਦਿੱਤੀਆਂ ਉਸ ਸਾਧੂ ਸੰਤ ਵੀ ਤੇ ਸਿਪਾਹੀ ਵੀ ਸਿੱਧ ਹੋਏ ਉਸ ਮਹਾਨ ਆਤਮਨ ਦਲਾਵਰੀ ਦੇ ਕੰਢੇ ਤੇ ਉਸ ਹੇਮਪੁਰ ਦੇ ਵਾਸੀ ਨੇ ਥਾਪੜਾ ਦਿੱਤਾ ਇਹ ਖਾਲਸਾ ਜੀ ਅਣਖ ਦੇ ਘਰ ਦਾ ਸਥਾਨ 12 ਮਈ 1710 ਚੱਪੜ ਜੀ ਦੇ ਉਲਾਮ ਦੇ ਅੰਦਰ ਆਇਆ ਸਾਹਿਬਜ਼ਾਦਿਆਂ ਦਾ ਕਾਤਲ ਮਸੀਦਾ ਭੁੱਲ ਗਿਆ ਸੀ ਕਰਾਮ ਸ਼ਰੀਫ ਬਾਈਬਲ ਤੋਰੇ ਤੇ ਸਬਕਾਂ ਨੂੰ ਅੱਜ ਉਹ ਸਬਕ ਸਿਖਾਉਣ ਵਾਲਾ ਜਰਨੈਲ ਬੰਦਾ ਸਿੰਘ ਬਹਾਦਰ ਜਿਹਦੇ ਵਰਗਾ ਨਾਮ ਤੋਂ ਹੋਇਆ ਤੇ ਨਾਮ ਤੋਂ ਹੋਣਾ ਜਿਹਦੀ ਗੱਲ ਅੱਜ ਰਕਮੇ ਦੀ ਧਰਤੀ ਤੇ ਕੀਤੀ ਜਾ ਰਹੀ ਹੈ ਆਓ ਮੈਂ ਫਤਿਹ ਸਭ ਨੂੰ ਸਾਂਝੀ ਕਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਚ ਇੱਕ ਵਾਰੀ ਸੀ ਚੁਕਾ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਅਰਦਾਸਾਂ ਆਈਆਂ ਨੇ ਢਾਡੀ ਇੱਥੇ ਨੂੰ ਮੇਰੇ ਬਚਪਨ ਦੇ ਸਾਥੀ ਸਾਡੇ ਸਰਦਾਰ ਤਰਲੋਚਨ ਸਿੰਘ ਜੀ ਬਾਬਾ ਦਰਾਹੇ ਵਾਲੇ ਸਾਡੇ ਮਾਨਯੋਗ ਸਰਪੰਚ ਸਾਹਿਬ ਸੁਖਬੀਰ ਸਿੰਘ ਜੀ ਭਰੋਣਾ ਵਾਲੇ ਸਾਡੇ ਸਤਵਿੰਦਰ ਸਿੰਘ ਜੀ ਉਹਨਾਂ ਵੱਲੋਂ ਹੌਸਲਾ ਮਾਨ ਆਇਆ ਹੈ ਤਿਲਕ ਰਾਜ ਜੀ ਬਾਬਾ ਅਜੀਤ ਬਾਬਾ ਜੀ ਰਮੇਸ਼ ਬਾਬਾ ਜੀ ਸਰਦਾਰ ਤਰਲੋਚਨ ਸਿੰਘ ਜੀ ਤੂਰ ਸਾਹਿਬ ਬਾਬਾ ਸਾਹਿਬ ਦੇ ਵੱਲੋਂ ਹੌਸਲਾ ਮਾਨ ਢਾਡੀ ਤੋਂ ਆਇਆ ਹੈ ਤੁਹਾਡੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਚਰਨਾਂ ਸੰਗਤ ਰੂਪ ਬੈਠੇ ਨੇ ਸਾਡੇ ਮਾਨ ਜੋ ਜਗਦੇਵ ਸਿੰਘ ਜੀ ਸੋਲ ਸਾਹਿਬ ਸਾਡੀ ਸਾਰੀ ਇਹ ਟੀਮ ਜਿਹੜੀ ਕਿ ਉਸ ਚੰਦੈਲ ਬੰਦਾ ਸਾਹਿਬ ਹਾਦਰ ਤੋਂ ਅੱਜ ਸਭ ਲੈਣ ਦੇ ਲਈ ਆਏ ਹੈ ਜੋ ਕਿ ਜੋਰ ਦੇ ਨਾਲ ਟੱਕਰ ਲੈਣ ਦੀ ਸ਼ਕਤੀ ਇਹਨਾਂ ਸ਼ਸ਼ੀ ਤੋਂ ਮਿਲਦੀ ਹੈ ਸਮਾਜ ਤੋਂ ਖਾਲਸਾ ਜੀ ਜਿਸ ਵੇਲੇ ਉਹਨਾਂ ਸਡੋਰੇ ਦੀ ਧਰਤੀ ਤੇ ਸ਼ਾਸਕ ਦਾ ਵਾਚਕ ਤੇ ਉਹਨਾਂ ਨੂੰ ਸੋਧਿਆ ਗਿਆ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਅਸਮਾਨ ਖਾਂ ਉਹ ਗੁਰੂਆਂ ਦਾ ਕਾਤਲ ਸੋਧਿਆ ਜੋਧਿਆਂ ਦੀ ਤਬਾਹ ਪਾਪੀਆਂ ਜ਼ੁਲਮ ਨੂੰ ਸੋਧੀ ਆਈ ਹੈ ਬਾਰ ਬਾਰ ਪੇਟ ਕੋ ਨਮਸਕਾਰ ਹੈ ਜੋ ਖਾਲਸੇ ਦੀ ਸ਼ਾਨ ਤੇ ਗਰੀਬਾਂ ਦੀ ਸਹਾਈ ਹੈ ਵੱਡੇ ਵੱਡੇ ਕੰਮ ਕਰ ਦਿੱਤੇ ਉਹਨਾਂ ਲੋਕਾਂ ਮੁਸਲਮਾਨਾਂ ਉਹਨਾਂ ਲੋਕਾਂ ਦੇ ਇੱਕ ਜੀਵਨ ਨੂੰ ਇੱਕ ਸਹਾਰਾ ਸਿੱਧ ਹੋਇਆ ਉਹ ਜਰਨੈਲ ਤੇ ਖਾਲਸਾ ਜੀ ਜਿਸ ਜਰਨੈਲ ਨੂੰ ਅਲਗੀ ਵਾਲੇ ਪਾਤਸ਼ਾਹ ਦੀ ਸੋਧ ਪ੍ਰਾਪਤ ਹੋਈ ਖਾਲਸਾ ਸੋ ਨਿਰਧਨ ਕੋ ਪਾਲੇ ਖਾਲਸਾ ਸੋ ਮਜ਼ਦੂਰ ਕੋ ਗਾਲੇ ਅਲਗੀ ਤਾਂ ਆਪਣੇ ਰੰਗਾਂ ਚ ਰੱਖ ਦਿੱਤਾ ਗਿਆ ਬਹਾਦਰ ਸੂਰਮਾ ਚੱਪੜ ਜੀ ਦੇ ਨਾਮ ਚ ਆਏ ਇਹਦੀ ਨਿਗਾਹ ਸਾਫ਼ ਤੇ ਗਈ ਜਾਲਮਨ ਸੋਧੋ ਤਬਾਹ ਇਹਨੇ ਕੀਤੀ ਅਰਦਾਸ ਬੇਫਿਕਰ ਹੋ ਵੀ ਚੰਗੀ ਅਰਦਾਸ ਨਾਨਕ ਜੋ ਗੋਬਿੰਦ ਕਪੂਰ ਹੁਣ ਕਰਨੀ ਵਾਲੇ ਪਾਤਸ਼ਾਹ ਤੇਰੇ ਬਹਾਦਰ ਤੇਰੇ ਸੇਵਕ ਨੂੰ ਸੇਵਾ ਲਾਈਏ ਮੇਰਾ ਕੀ ਕਸ਼ਨ ਹੋਏ ਤੇਰੇ ਰਾਮ ਹੋਏ ਸੋ ਹੋਏ ਤੇਰੀਆਂ ਕੀਤੀਆਂ ਰਹਾ ਤੇਰੀਆਂ ਉਹਨਾਂ ਪੈਰਾਂ ਤੇ ਚੱਲ ਸਕਾਂ ਜਦੋਂ ਗੁਰੂ ਦਾ ਸਿੱਖ ਅਰਦਾਸ ਕਰਦਾ ਹੈ ਸਤਗੁਰ ਸਿੱਖ ਕੇ ਬਦਲ ਕਰਦੇ ਗੁਰ ਦਾ ਸਿੱਖ ਜਿਹੜੇ ਲੋਕ ਕਦੇ ਜੱਸਾ ਸਿੰਘ ਰਾਮ ਗੜੀਏ ਵਾਲੇ ਦਾ ਤਾਸ ਵਿਗਾੜਦੇ ਨੇ ਜਿਹੜੇ ਲੋਕ ਕਦੇ ਬੰਦਾ ਸਿੰਘ ਬਹਾਦਰ ਦਾ ਤਾਸ ਵਿਗਾੜਦੇ ਨੇ ਉਹ ਸੋਚਦੇ ਕਿ ਉਹੋ ਜਿਹਾ ਨਾ ਕੋ ਹੋਇਆ ਤੇ ਨਾ ਕੋ ਹੋਣਾ ਬੰਦਾ ਸਿੰਘ ਬਹਾਦਰ ਵਰਗਾ ਜੇ ਲੋਕ ਚੜ੍ਹਦੀ ਕਲਾ ਦੇ ਉਸ ਸਮੇਂ ਚ ਜ਼ਿੰਮੇਵਾਰ ਨੇ ਉਸ ਚੋਰੇ ਨੂੰ ਗ੍ਰਿਫਤਾਰ ਕਰਾਉਣ ਦੇ ਵਿੱਚ ਪਰ ਉਹ ਸੂਰਮਾ ਆਖਰੀ ਦਮਾਂ ਤੱਕ ਕਰਦੇ ਛੱਤ ਤੇ ਸੁੱਖ ਦੇ ਉੱਤੇ ਪੂਰਾ ਹੋ ਕੇ ਨਿਬੜਿਆ ਉਹ ਦਲਿਆ ਨਹੀਂ ਚੁੱਕਿਆ ਨਹੀਂ ਸੂਰਮੇ ਕਦੇ ਚੁੱਕਿਆ ਨਹੀਂ ਕਰਦੇ ਜਿਹਦੀ ਸੂਰ ਪਾਈ ਦਾ ਇੱਕ ਦਿਸ਼ ਘਾਟੀ ਤੱਕ ਕਹਿ ਰਿਹਾ ਹੈ ਅੰਮ੍ਰਿਤ ਵੇਲੇ ਇਹਨੇ ਕੱਢਿਆ ਕਾਗਜ਼ ਸਰਹੰਦ ਦੇ ਸੂਬੇਦਾਰ ਨੂੰ ਉਸ ਰਣਜੀਤ ਖਾਨ ਚਾਹ ਨੇ ਲਿਖੀਆਂ ਨਹੱਥੇ ਕਿਹੜੇ ਮੀਆਂ ਸਦਾ ਦੌਰ ਦੇ ਕਬਜ਼ੇ ਹਰ ਪੱਕੇ ਹੱਕ ਤੋੜ ਦਾ ਤਾਂ ਤੋੜੇ ਕੱਚੇ ਮਹਾਨ Thank you.
Thank you.
کرنا صرف 3 منٹاں وچ کئی سجن کہندے نے اے صوبے سرحد دی فتح کنے کیتی سورج پرکاش اتے گرنتھ میگا پرکاش اے الہی پتا ہے میں ساڈے کسور صاحب ہو سنت والوں او سرمان ہے تمہاری ہے سورج پرکاش تے میگا پرکاش کرن کہندے نے جو ایک لگ لگ ہوئی صبح چپ کے زمانہ آ گیا سنگھ نے پایا کیڑا علی شمالی سے ہویا سی گرو دے سنگھ دے خالصا جی اور ایس پر صبح کیڑے دے اندر جتھے دار دی ہن کی سوچ دے ہو جس نے خالصا جی اے آیا شکار اگے انہیں کٹیا تیر مکہ سے بہت دے تلگی بڑے پاشن کیتا جا جو میں آل میں جو کبوتر شکاری کے لئے مار کے سر دے ہاتھی دے پکھا یزیدہ پرکار دے پرکی دے مار کے تیر ہے کیوں سکتے نہیں Thank you.
جگنہر سنگھ جی بھاوا سب لوگ 100 روپیہ کماتے ہیں آخری گل بندہ سنگھ بہادر دے اس تو بڑا تو گرو دا حکم نہیں پا سکتا جت ہوئی گرو دا سماج کیتا سرحد لٹیا پاپیاں دے کولوں دشمنوں دے کولوں کالا تنگ جڑا 9 لاکھ روپیہ سنگھ نے لٹیا نا وہ پھر گرو کی گول وچ بھیجیا اے پاپی جرمانے دے کولوں لٹیا مال آپ نہیں آپ کھاتے جمع کیتا تے جے سچ گرو دے نام تے سکہ جاری کیتا تے خالصا جی اس بندہ سماج کا فتح جب سنا رہے ہو میں سارے نوں بدھائی دینا تسی اپنے دل وچ وہ بھی اپنے ناماں دی چڑھدی گل نہ کریا کرو اج دے لیڈر صاحباں میں ویکھ رہی ہاں کہ جڑے پنت بھی کہا رہے ہیں جدو میں کسی سٹیج تے جانا پنت کہاؤں والے بھی وہ اپنی حکمت زیادہ چاہتے ہیں وہ گل سن کے جو جی خوش نہیں اتہاس سن کے خوش نہیں وہ کہتے ساری حکومت کر دو میں گل کہنی تم اتنے گرو گرنتھ صاحب حکومت آیا کرو جو جرنیلوں کی حکومت آیا کرو آپ کا تو ایک ساسو کاٹ کی پتری کھلاو ہر ایک آنے والی گل ہے آپ کو تو سیل ملے گی جی انہوں کا اتہاس سنا گے انہوں نے اسی مان دیا گے ان سامنے سیر چکا مانگے یہ میرا سنیہ اتہاس نہ جڑو ٹاٹیاں نہ مان کرو یہ قوم نو جگا سکتے ہیں اس واسطے اگلا پروگرام تھانوں دے دیں گے واہگرو جی کا خالصہ واہگرو جی کا خالصہ واہگرو جی کی فتح تے احسان بلمیر سنگھ جی ٹاٹی فلا بار تو ویسے تا یہ جی سٹیج آ یہ انتراشٹری بلارے نے بھری پی ہے یہ وہ بلارے نے جڑے سمندر کچی میں بند کر سکتے ہیں جسوال صاحب کا سدا بابا جی کا سدا ساری ٹیم رویندر گاندھی جی بیٹھے نے بیراگی منڈل پنجاب کے پردھان یہ سارے نے بلوانت روا جی کرنیل گل جی ٹور صاحب